ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ। ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫਸ਼ਾਂ ਕਰਕੇ ਖੂਬਸੂਰਤ ਤੇ ਲਾਜਵਾਬ ਬਿਹਤਰੀਨ ਨਾਜ਼ਰੀਨ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਜਨਾਬ। ਜਿਹੜੀ ਅੱਜ ਦੀ ਵੀਡੀਓ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦਿਖਾਉਣ ਲੱਗਿਆ, ਮਾਸ਼ਾਅੱਲਾ ਚੋਲਸਤਾਨੀ ਦੇ ਵਿੱਚ ਕ੍ਰਾਸ ਵੈੜ ਹੈ। ਗਰਮੀ ਸਰਦੀ ਦੀ ਦੋਸਤੋ ਸ਼ਹਿਜ਼ਾਦੀ ਹੈ, ਦੂਸਰਾ ਸੁਬਾ ਸੂਈ ਹੈ, ਮਗਰ ਮਾਸ਼ਾਅੱਲਾ ਵੱਛੀ ਵੀ ਇਸੇ ਕ੍ਰਾਸ ਦੇ ਵਿੱਚ ਹੈ। ਔਰ ਪਟਿਆਲਾ ਗਾਂ ਦਾ ਵੀ ਰੰਗ ਪਟਿਆਲਾ ਹੈ ਦੋਸਤੋ, ਔਰ ਮਗਰ ਮੱਛੀ ਜਿਹੜੀ ਉਹ ਵੀ ਪਟਿਆਲਾ ਹੈ। ਪੂਰੀਆਂ ਤਸੱਲੀਆਂ ਮੇਰੇ ਕੈਮਰਾਮੈਨ ਸਾਹਿਬ ਕਰਾਉਂਦੇ ਪਏ ਨੇ। ਗਾਂ ਦਾ ਧੁੰਦ ਦੇਖਣਾ, ਗਾਂ ਦੀ ਝਾਲਰ ਵੇਖਣੀ, ਗਾਂ ਦੀ ਪੂਰੀ ਨਸਲ, ਔਰ ਪੂਰੇ ਆਰ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੇ ਤਸੱਲੀਆਂ ਕਰਨੀਆਂ ਨੇ। ਪੂਰੇ ਆਰ ਗਿਣ ਕੇ ਵਿਖਾਵਾਂਗਾ, ਵੀਰਾਂ ਭਰਾਵਾਂ ਦੋਸਤਾਂ ਦੀਆਂ ਤਸੱਲੀਆਂ ਕਰਾਵਾਂਗਾ। ਕੋਈ ਵੀ ਤੁਹਾਡੀ ਨਜ਼ਰ ਤੋਂ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਚੀਜ਼ ਉਜਲ ਨਹੀਂ ਰਹਿਣ ਦਿਆਂਗਾ। ਪੂਰੀਆਂ ਤਸੱਲੀਆਂ ਕੈਮਰਾਮੈਨ ਸਾਹਿਬ ਕਰਾ ਦਿਓ, ਕੋਈ ਵੀ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਤੋਂ ਉਜਲ ਨਾ ਰਹੇ। ਆਪਣੇ ਜਿੰਨੇ ਵੀ ਸਬਸਕ੍ਰਾਈਬਰ ਭਰਾ ਆਪਣੇ ਨਾਲ ਜੁੜੇ ਹੋਏ ਨੇ, ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਉਹ ਜਾਨਵਰ ਨੂੰ ਪੂਰਾ ਤੱਕਣ ਔਰ ਪੂਰੀ ਸਰਚ ਕਰਨ ਮੇਰੇ ਭਰਾ, ਔਰ ਪੂਰਾ ਮਾਸ਼ਾਅੱਲਾ ਵਾਡਰ ਨਾਲ ਵਿਖਾਣਾ ਜਾਨਵਰ। ਪੂਰੀ ਵੱਢ ਮੇਰੇ ਵੀਰ ਦੇਖਦੇ ਪਏ ਨੇ। ਗਾਂ ਦਾ ਟੁਰਨ ਫਿਰਨ ਦੱਸ ਦਿੱਤਾ ਵੀਰਾਂ ਨੂੰ, ਗਾਂ ਦਾ ਪ੍ਰਿੰਟ ਵੀ ਮੇਰੇ ਵੀਰਾਂ ਦੇ ਸਾਹਮਣੇ, ਔਰ ਗਾਂ ਦਾ ਥਣ ਔਰ ਗਾਂ ਦੇ ਮਗਰ ਜਨਾਬੇ ਵਾਲੀ ਮਾਸ਼ਾਅੱਲਾ ਵੈੜ ਦੇ ਵੱਛੀ ਹੈ, ਔਰ ਇੱਕ ਦੀਆਂ ਦੋਸਤੋ ਦੋ ਗਾਵਾਂ ਨੇ। ਪੂਰੀਆਂ ਤਸੱਲੀਆਂ ਕਰਾ ਦੇਣੀਆਂ ਨੇ, ਕੋਈ ਵੀ ਤੁਹਾਡੀ ਨਜ਼ਰ ਤੋਂ ਚੀਜ਼ ਉਹ ਜਲਦੀ ਰਹਿਣ ਦੇਣੀ। ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਪੂਰੀ ਟੀਮ ਦੀ ਕੋਸ਼ਿਸ਼ ਹੁੰਦੀ ਤੁਹਾਡੀ ਤਸੱਲੀ ਨਾਲ, ਅਲਹਮਦੁਲਿਲਾ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਸਾਡੀ ਤਸੱਲੀ ਦੋਸਤੋ। ਔਰ ਜਵੈਰ ਨੂੰ ਪੂਰਾ ਦੇਖਣਾ ਮੇਰੇ ਵੀਰਾਂ ਨੇ, ਮਾਸ਼ਾਅੱਲਾ ਗਾਂ ਦੇ ਕੋਲ ਇਸ ਟਾਈਮ ਜਿਹੜਾ ਮੌਜੂਦਾ ਦੁੱਧ ਹੈ, ਅਰਸ਼ਦ ਭਾਈ ਚੋਵਣ ਤੋਂ ਪਹਿਲੇ ਮੇਰੇ ਵੀਰਾਂ ਦੱਸਦਾ ਪਿਆ ਕਿ ਗਾਂ ਦੇ ਕੋਲ ਠੰਡਾ ਠਾਰ ਜਿਹੜਾ ਚੋਅ ਲੈਣਾ, 2 ਟਾਈਮ ਜਾਂ 4 ਟਾਈਮ ਜਾਂ 5 ਟਾਈਮ, 16 ਲੀਟਰ ਦੁੱਧ ਦੇ ਜਨਾਬ, ਗਰੰਟੀਆਂ ਵਾਲਾ। ਇਹ ਜੇ ਨਹੀਂ ਕਿ ਦੱਸਿਆ ਕੁਛ ਹੋਵੇ ਘਰ ਜਾ ਕੇ ਕੁਛ ਨਿਕਲੇ, ਔਰ ਵਾਅਦੇ ਦੁੱਧ ਗਾਂ ਕੋਲ 18 ਸੇਰ ਹੀ ਹੈ, ਪਰ ਮੈਂ 16 ਲੀਟਰ ਦੀ ਗਰੰਟੀ ਦੇਣ ਦਾ ਮਕਸਦ ਹੈ ਕਿ ਵੀਰ ਦੋਸਤ ਜਿਹੜੇ ਜਾ ਕੇ 1-2 ਕਿਲੋ ਘਰ ਜਾ ਕੇ ਵੱਧ ਚੋਵਣ, ਇੰਜ ਨਹੀਂ ਕਿ ਜਨਾਬੇ ਲਈ 5 ਕਿਲੋ ਜਾਂ 10 ਕਿਲੋ ਘੱਟ ਚੋਵਣ। ਗਾਂ ਦੀ ਨਸਲ ਪੂਰੀ ਵੇਖਣੀ ਹੈ, ਗਾਂ ਦੀਆਂ ਅਸੀਲਤਾਂ ਵੇਖਣੀਆਂ ਨੇ, ਔਰ ਪੂਰੇ ਆਰ ਤੁਸੀਂ ਦੇਖਣੇ ਨੇ। ਔਰ ਮਾਸ਼ਾਅੱਲਾ ਅਸੀਲ ਸਾਹੂ ਇੰਨੀ ਹੈ, ਵੰਗਾ ਪਾਈਏ ਨਾ ਪਾਈਏ ਗਾਇਰ ਮਾਸ਼ਾਅੱਲਾ ਪ੍ਰਵਾਹ ਕੋ ਨਹੀਂ ਦੋਸਤੋ। ਔਰ ਪ੍ਰਿੰਟ ਤੋਂ ਲੈ ਕੇ ਸਿੰਘੀ ਨਿੱਕੀ ਨਿੱਕੀ ਹੈ, ਕੋਈ ਜ਼ਿਆਦਾ ਵੱਡੀ ਨਹੀਂ। 8 ਸੂਹੇ ਵੀ ਸੂ ਕੇ ਗਾਂ ਇੱਥੇ ਆਪਣੀ ਸਿੰਘੀ ਰੱਖੇਗੀ। ਦੂਜਣ ਵੈੜ ਦੀ ਮਾਸ਼ਾਅੱਲਾ ਬਾਡੀ ਫ੍ਰੈਕਚਰ ਤੋਂ ਵੇਖ ਲੈਣ, ਬਾਡੀ ਗਾਂ ਦੀ ਦੱਸਦੀ ਕਿ ਮੇਰੇ ਦੂਜੇ ਤੋਂ ਜਨਾਬੇ ਲਈ ਤੀਜਾ ਸੂਆ ਨਹੀਂ। ਜਾਨਵਰ ਦੀ ਬਾਡੀ ਲੋਕੇਸ਼ਨ ਹਰ ਸ਼ਾਇਦ ਦੱਸ ਦਿੰਦੀ ਦੋਸਤੋ। ਜਦੋਂ ਜਾਨਵਰ ਲੈਣਾ ਹੁੰਦਾ ਪੂਰੀਆਂ ਤਸੱਲੀਆਂ ਕੀਤਾ ਕਰੋ, ਕਿਉਂਕਿ ਆਪਾਂ ਪੈਸੇ ਭਰਨੇ ਨੇ। ਇਹਨਾਂ ਨੇ ਵੀ ਪੈਸੇ ਭਰ ਕੇ ਲਿਆਉਂਦੇ ਨੇ, ਵੀ ਆਪਣੀ ਪੂਰੀ ਤਸੱਲੀ ਔਰ ਪੂਰਾ ਜਨਾਬੇ ਲਈ ਵਾਂਡਰਾ ਜਾਨਵਰ ਲਿਆਉਂਦੇ ਨੇ। ਪਰ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਦਾ ਜਾਵਾਂ, ਮੇਰੀ ਕੋਸ਼ਿਸ਼ ਹੈ ਕਿ ਵੀਰ ਫਿਰ ਵੀ ਤਸੱਲੀਆਂ ਕਰਨ, ਆਪਣੀਆਂ ਵੀ ਤਸੱਲੀਆਂ ਕਰਾਉਣਾ। ਵੀਡੀਓ ਇੰਜ ਦੀ ਤਸੱਲੀ ਬਖਸ਼ ਸਿਰਫ ਔਰ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਨੂੰ ਦਿਖਾਉਂਦਾ। ਚੋਵਣ ਤੋਂ ਲੈ ਕੇ, ਚੁੱਪਣ ਤੋਂ ਲੈ ਕੇ, ਤਾਰਾਂ ਤੋਂ ਲੈ ਕੇ ਜਨਾਬੇ ਟੁਰਨ ਫਿਰਨ ਦੀ ਹਰ ਗੱਲ ਦੀਆਂ ਪੂਰੀਆਂ ਵਿੱਚ ਡਿਟੇਲਾਂ ਦੇ ਰਹੀਆਂ ਨੇ। ਇਹ ਦੋਸਤੋ ਬਣੀ ਬੜਾਈ ਮੱਝ ਹੀ ਹੈ, ਦੁੱਧ ਵੀ ਵੈੜ ਦਾ ਮਾਸ਼ਾਅੱਲਾ ਸਫੈਦ ਚਿੱਟਾ ਹੋਏਗਾ ਜਿਵੇਂ ਦੋਸਤੋ ਮੱਝ ਦਾ ਹੁੰਦਾ, ਔਰ ਮਾਸ਼ਾਅੱਲਾ ਸੀਲਤਾਂ ਵੀ ਬੜੀਆਂ ਗਾਏ ਦੀਆਂ, ਔਰ ਗਾਂ ਦਾ ਬੱਚਾ ਹੈ ਦੋਸਤੋ। ਮੁੱਲ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਦਾ ਜਾਵਾਂ, ਬੜੇ ਮੁਹੱਬਤਾਂ ਵਾਲੇ ਨੇ। ਭਾਈ ਅਰਸ਼ਨ ਦੀ ਵੀਡੀਓ ਅੱਜ ਕਮ ਸੇ ਕਮ ਕਾਫੀ ਦਿਨਾਂ ਬਾਅਦ ਲੱਗਦੀ ਪਈ ਹੈ। ਇਹਨੂੰ ਮੁੱਲ ਆਖਿਆ ਕਿ ਇੰਝ ਦਾ ਕਰਦੀ ਕਿ ਮੇਰੇ ਵੀਰ ਭਰਾ ਦੋਸਤ ਮਜਬੂਰ ਹੋ ਜਾਣ, ਮੇਰੇ ਭਰਾ ਅੱਜ 10,000 ਵੀਡੀਓ ਚਲਾਉਣ 'ਤੇ ਮਜਬੂਰ ਹੋ ਜਾਣ, ਇੰਨੀ ਵੀਡੀਓ ਮੇਰੀ ਚੱਲੇ, ਔਰ ਵਿਊਜ਼ ਨਾਲ ਮੈਨੂੰ ਵੀ ਫਾਇਦਾ, ਇਹਨੂੰ ਵੀ ਫਾਇਦਾ, ਔਰ ਜਾਨਵਰ ਜੇ ਰੇਟ ਮਕੂਲ ਕਰੇਗਾ ਅਰਸ਼ਦ ਤਾਂ ਜਾਨਵਰ ਇਹਦਾ ਵੇਖ ਜਾਏਗਾ, ਨਹੀਂ ਮਕੂਲ ਕਰੇਗਾ ਤਾਂ ਜਾਨਵਰ ਇਹਦੇ ਕਿੱਲੇ 'ਤੇ ਖੜਾ। ਇਹ ਭਾਵੇਂ ਵੇਚ ਲਵੇ ਸਾਲ ਬਾਅਦ, ਇਹ ਵੇਚ ਲਵੇ 6 ਮਹੀਨਿਆਂ ਬਾਅਦ, ਇਹ ਵੇਚ ਲਵੇ ਵੱਡੇ, ਇਹ ਵੇਚ ਲਵੇ ਪਰਸੋਂ, ਮੁੱਲ ਨਾ ਵਿਕਣਾ। ਇਹਨੂੰ ਪਹਿਲੇ ਆਉਂਦਾ ਦੱਸਿਆ ਕਿ ਮੁੱਲ ਅਰਸ਼ਦ ਭਾਈ ਮੂਦੀ ਕਰਦੇ ਬਾਅਦ ਸਾਰਾ ਥੜਾ ਮੁੱਲ ਨਾ ਹੋਇਆ ਤੇ ਨਾ ਅੱਲਾ ਦਾ ਫਜ਼ਲ ਨਾ ਡੰਗਰ ਰਿਹਾ। ਫਿਰ ਵੀ ਮੀਰ ਮੇਰੇ ਭਰਾ ਦੋਸਤ ਕਹਿੰਦੇ ਨੇ ਕਿ ਯਾਰ ਤੁਸੀਂ ਇਹਨਾਂ ਨੂੰ ਆਂਦੇ ਨਹੀਂ। ਮੈਂ ਵੀਡੀਓ ਦੇ ਦੌਰਾਨ ਹੀ ਤੈਨੂੰ ਦੱਸਦਾ ਕਿ ਮੈਂ ਮੁੱਲ ਆਪਾਂ ਮਕੂਲ ਕਰਨਾ, ਤੇਰੇ ਨਾਲ ਆਂਦੇ ਵੀ ਉਹ ਬਹਿਸ ਹੈ, ਹੁਣ ਵੀਡੀਓ ਦੇ ਵਿੱਚ ਵੀ ਉਹ ਬਹਿਸ ਹੈ, ਔਰ ਤੇਰੇ ਨਾਲ ਐਂਡ ਤੱਕ ਹੀ ਉਹ ਬਹਿਸ ਹੀ ਰਹੇਗੀ। ਆਪਾਂ ਰੇਟ ਮਕੂਲ ਕਰਨਾ ਮੇਰਾ ਭਰਾ, ਰੇਟ ਨਜਾਇਜ਼ ਨਹੀਂ ਕਰਨਾ।
ਜਾਨਵਰ ਜਦੋਂ ਅਰਸ਼ਦ ਬਾਈ ਇਹ ਤੈਨੂੰ ਵੀ ਪਤਾ ਹੈ ਆਹ ਤੈਨੂੰ ਅਰਸਾ ਹੋ ਗਿਆ ਪਿਓ ਦਾਦੇ ਤੋਂ ਤੁਹਾਡਾ ਕੰਮ ਹੈ ਮੈਨੂੰ ਇਹ ਦੱਸ ਮੇਰਾ ਭਰਾ ਕਿ ਜਾਨਵਰ ਦਾ ਜਿਹੜਾ ਰੇਟ ਆਪਾਂ ਨੂੰ ਜਿਹੜਾ ਬੰਦਾ ਸਹੀ ਨਾ ਮੰਗਿਆ ਆਪਾਂ ਜਾਨਵਰ ਉਹਦੇ ਤੋਂ ਲੈਂਦੇ ਨਹੀਂ ਨਾ ਲੈਣਾ ਉਸ ਬੂਹੇ ਤੇ ਨਹੀਂ ਨਾ ਜਾਣਾ ਦੁਬਾਰਾ ਤੇ ਜਿਹੜਾ ਰੇਟ ਤੈਨੂੰ ਜਾਇਜ਼ ਕਰੇ ਉੱਥੇ ਨੱਚਦਾ ਜਾਂਦਾ ਹੱਸਦਾ ਜਾਂਦਾ ਖੇਡਦਾ ਜਾਂਦਾ ਨਾ ਮੁੱਲ ਇੰਜਦਾ ਕਰੀ ਕਿ ਮੇਰੇ ਵੀਰ ਭਰਾ ਦੋਸਤ ਨਾਲ ਵੀਡੀਓ ਚੱਲੇ ਫਕਾਰ ਪੈ ਜਾਣ ਤੇ ਦੁੱਧ ਆਪਣੀ ਗਾਂ ਕੋਲ ਪੱਕਾ ਪੀਡਾ ਕਿੰਨਾ ਹੈ ਪੂਰੀਆਂ ਤਸੱਲੀਆਂ ਤੇ ਗਰੰਟੀਆਂ ਵਾਲਾ 16 ਦੀ ਪੱਕੇ ਦੀ ਗਰੰਟੀ ਦੇ ਜੀ ਆ ਸ਼ਹਿਜ਼ਾਦਾ ਭਰਾ ਵੀਰ ਕਹਿੰਦਾ ਕਿ ਮੇਰੀ ਗਾਂ ਕੋਲ 218 ਲੀਟਰ ਦੁੱਧ ਪੱਕਾ ਹੈ ਪਰ 16 ਦੀਆਂ ਗਰੰਟੀਆਂ ਨੇ ਲੈਣ ਦੇਣ ਮੁਕਦਰਾਂ ਦਾ ਦੋਸਤੋ ਸੌਦਾ ਨਸੀਬਾਂ ਦਾ ਔਰ ਹਰ ਗੱਲ ਦੀਆਂ ਤਸੱਲੀਆਂ ਕਰਾਉਣਾ ਅਸੀਂ ਆਪਣਾ ਹੱਕ ਆਪਣਾ ਫਰਜ਼ ਸਮਝਿਆ ਹਮੇਸ਼ਾ ਵੀਰਾਂ ਨੂੰ ਕਰਾਈਆਂ ਨੇ ਕੋਈ ਵੀ ਤੁਹਾਡੀ ਨਜ਼ਰ ਤੋਂ ਚੀਜ਼ ਅਸੀਂ ਓਝਲ ਨਹੀਂ ਰਹਿਣ ਦੇਣੀ ਪੂਰੀ ਤਸੱਲੀ ਬਖਸ਼ ਹਰ ਚੀਜ਼ ਦਿਖਾਈ ਦੀ ਵੀਰਾਂ ਨੂੰ ਪੂਰਾ ਮਾਸ਼ਾਅੱਲਾ ਤਸੱਲੀਆਂ ਕਰਾ ਦੇਣੀਆਂ ਨੇ ਵੀਰਾਂ ਕੋਈ ਵੀ ਭਰਾਵਾਂ ਦੀ ਨਜ਼ਰ ਤੋਂ ਚੀਜ਼ ਮੈਂ ਓਝਲ ਨਹੀਂ ਰਹਿਣ ਦੇ ਮਾਸ਼ਾਅੱਲਾ ਵੈਰ ਦੀਆਂ ਪੂਰੀਆਂ ਅਸੀਲਤਾਂ ਨੇ ਮਾਸ਼ਾਅੱਲਾ ਪੂਰੀ ਅਸੀਲ ਸਭ ਦੋਸਤ ਮਾਸ਼ਾਅੱਲਾ ਪੂਰਾ ਤਸੱਲੀ ਬਖਸ਼ ਕੰਮ ਕਰਾਈਦਾ ਵੀਰਾਂ ਦੋਸਤਾਂ ਦੀ ਨਜ਼ਰ ਤੋਂ ਕਦੇ ਚੀਜ਼ ਓਝਲ ਨਹੀਂ ਰਹਿਣ ਦੀ ਦੋ ਦਿਨ ਤੋਂ ਵੀਡੀਓ ਦੋਸਤੋ ਪ੍ਰੋਪਰ ਨਹੀਂ ਲਾ ਸਕਿਆ ਕੋਈ ਮਸਰੂਫੀਅਤ ਦੀ ਵਜ੍ਹਾ ਸੀ ਔਰ ਇਨਸ਼ਾਅੱਲਾ ਤਾਲਾ ਹਮੇਸ਼ਾ ਕੋਸ਼ਿਸ਼ ਕਰੀ ਦੀ ਕਿ ਵੀਰਾਂ ਦੋਸਤਾਂ ਨੂੰ ਵੀਡੀਓ ਦਿਖਾਉਂਦੇ ਰਹੀਏ ਜਿਹੜੀ ਵੀਡੀਓ ਅਲਹਮਦੁਲਿਲਾ ਅੱਲਾਹ ਦੇ ਫਜ਼ਲ ਔਰ ਕਰਮ ਦੇ ਨਾਲ ਲਗਾਈ ਹੈ ਵੀਡੀਓ ਜਨਾਬ ਅਲੀ 8ਵੇਂ 10ਵੇਂ ਵਿਊਜ਼ 'ਤੇ ਜਾਨਵਰ ਵਿਕਿਆ ਹੈ ਇਨਸ਼ਾਅੱਲਾ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਮੁੱਲ ਮਕੂਲ ਕੀਤਾ ਜਾਵੇ ਜਾਨਵਰ ਦੇ ਮੁਤਾਬਕ ਮੰਗਿਆ ਜਾਵੇ ਜਾਨਵਰ ਦੀ ਪੂਰੀ ਡਿਟੇਲ ਦੱਸੀ ਦੀ ਹੈ ਪੂਰੀ ਸਾਰੀ ਗੱਲ ਵੀਰਾਂ ਦੱਸ ਕੇ ਕਰਕੇ ਫਿਰ ਉਸ ਤੋਂ ਬਾਅਦ ਵੀਡੀਓ ਲਾਈ ਦੀ ਹੈ ਜਨਾਬ ਮੇਰੇ ਵੀਰਾਂ ਦੋਸਤ ਜਿਹੜੇ ਪੁੱਛਣਾ ਚਾਹੁੰਦੇ ਨੇ ਬਾਰ ਬਾਰ ਪੂਰੀ ਵੀਡੀਓ ਵਾਚ ਕਰ ਲੈਣ ਨਾ ਉਹਦੇ 'ਚ ਸਾਨੂੰ ਵੀ ਫਾਇਦਾ ਹੈ ਵੀਡੀਓ ਪੂਰੀ ਵਾਚ ਕਰੋਗੇ ਉਹਦਾ ਸਾਨੂੰ ਬੈਨੀਫਿਟ ਮਿਲੇਗਾ ਯੂਟਿਊਬ ਸਾਨੂੰ ਬੈਨੀਫਿਟ ਦੇਗਾ ਪੂਰੀ ਵੀਡੀਓ ਦੋਸਤੋ ਵਾਚ ਵੀ ਕੀਤਾ ਕਰੋ ਜਾਨਵਰ ਦੀ ਪੂਰੀ ਡਿਟੇਲ ਦੱਸੀ ਹੁੰਦੀ ਜਾਨਵਰ ਦਾ ਪੂਰਾ ਅੰਗ ਅੰਗ ਬੰਦਾ ਵੇਖ ਲੈਂਦਾ ਜਿਹੜੀ ਵੀਡੀਓ ਪੰਜਾਬ ਜਾ ਕੇ ਵੇਖਣੀ ਹੁੰਦੀ ਨਾ ਉਹਦੇ 'ਚ ਬੰਦਾ ਪੂਰੀ ਡਿਟੇਲ ਜਾਨਵਰ ਦੀ ਨਹੀਂ ਸੁਣ ਸਕਦਾ ਕਿਉਂਕਿ ਸਾਡਾ ਦੱਸਣ ਦਾ ਮਕਸਦ ਅਸੀਂ ਜਾਨਵਰ ਦੀ ਤਾਰੀਫ ਨਹੀਂ ਕਰਦੇ ਤਾਰੀਫ ਉਹ ਸੋਹਣੇ ਸੱਚੇ ਰੱਬ ਦੀ ਉਹਦੀ ਬਣਾਈ ਸ਼ਹਿਰ ਦੀਆਂ ਸਿਫਤਾਂ ਔਰ ਹਰ ਗੱਲ ਦੱਸਦੇ ਨੇ ਕਹਿੰਦੇ 'ਚ ਇਹ ਜਨਾਬੇ ਵਾਲੀ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਵਾਅਦਾ ਦੱਸ ਦਿੰਦੇ ਜੋ ਸਾਨੂੰ ਨਜ਼ਰ ਆ ਰਿਹਾ ਅਲਹਮਦੁਲਿਲਾ ਤੁਹਾਨੂੰ ਵੀ ਨਜ਼ਰ ਆ ਰਿਹਾ ਗਾਏ ਦਾ ਪ੍ਰਿੰਟ ਥਾਣ ਹਰ ਗੱਲ ਬਾਕੀ ਚੁੰਘਣ ਦੀ ਗਰੰਟੀ ਲਾਂਗੇ ਅਰਸ਼ਦ ਬਾਈ ਤੋਂ ਪਿੱਛੇ ਦੀ ਗਰੰਟੀ ਲਾਂਗੇ ਜੇਰ ਗਾਂ ਨੇ ਨਾ ਪਾਈ ਹੋਵੇ ਉਸ ਗੱਲ ਦੀ ਗਰੰਟੀ ਲਾਵਾਂਗੇ ਔਰ ਹਰ ਗੱਲ ਵੀਰਾਂ ਦੇ ਸਾਹਮਣੇ ਵਾਅਦਾ ਪੁੱਛਾਂਗੇ ਔਰ ਇਨਸ਼ਾਅੱਲਾ ਤਾਲਾ ਇੰਜ ਦੀਆਂ ਤਸੱਲੀਆਂ ਕਰਾਵਾਂਗੇ ਕਿ ਵੀਰਾਂ ਦੋਸਤਾਂ ਨੂੰ ਮੇਰੇ ਸੱਜਣਾ ਬੇਲੀਆਂ ਨੂੰ ਇਨਸ਼ਾਅੱਲਾ ਤਾਲਾ ਹਰ ਗੱਲ ਦੀ ਸਮਝ ਆਵੇ ਜਿਹੜੇ ਸਾਡੇ ਨਾਲ ਜੱਟ ਜ਼ਿਮੀਂਦਾਰ ਸਾਡੇ ਭਰਾ ਜੁੜੇ ਨੇ ਉਹਨਾਂ ਨੂੰ ਤਾਂ ਹਰ ਗੱਲ ਦਾ ਪਤਾ ਹੈ ਜਿਹੜੇ ਸਾਡੇ ਵੀਰ ਭਰਾ ਦੋਸਤ ਕਈ ਇਸ ਚੀਜ਼ ਨਾਲ ਨਹੀਂ ਜੁੜੇ ਫਾਰਮਿੰਗ ਨਵੀਂ ਕਰਨਾ ਚਾਹੁੰਦੇ ਨੇ ਜਾਂ ਨਵੇਂ ਜਨਾਬੇ ਲਈ ਕੰਮ ਨੂੰ ਸ਼ੁਰੂ ਹੋਏ ਨੇ ਉਹਨਾਂ ਨੂੰ ਵੀ ਪੂਰੀ ਡਿਟੇਲ ਨਾਲ ਤਾਂ ਦੱਸੀ ਦਿਓ ਉਹਨਾਂ ਸਮਝ ਆ ਜਾਵੇ ਜਿਹੜਾ ਜੱਟ ਜ਼ਿਮੀਂਦਾਰ ਬੰਦਾ ਜਿਹੜਾ ਅੱਗੇ ਜਾਨਵਰ ਦੇ ਕੋਲੇ ਉਹਦੇ ਘਰ ਵੱਜਿਆ ਉਹਨੂੰ ਪੂਰੀ ਇਸ ਗਾਂ ਦੀ ਵਜ਼ਨ ਤੋਂ ਲੈ ਕੇ ਗਾਂ ਦੇ ਪ੍ਰਿੰਟ ਤੋਂ ਲੈ ਕੇ ਥਣ ਤੋਂ ਲੈ ਕੇ ਗਾਂ ਦੇ ਦੁੱਧ ਦੀ ਪੂਰੀ ਸਮਝ ਆ ਜਾਣੀ ਅੱਲਾਹ ਦੇ ਹੁਕਮ ਨਾਲ ਜੋ ਗੱਲ ਕਰਦੇ ਪਏ ਆ ਮੇਰੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਅਲਹਮਦੁਲਿਲਾ ਉਹਨਾਂ ਨੂੰ ਪਤਾ ਹੈ ਜੇ ਜੀ ਗਾਂ ਨੇ 7-8 ਕਿਲੋ ਟਾਈਮ ਦਾ ਨਹੀਂ ਦੇਣਾ ਤਾਂ ਫਿਰ ਕਿਹੜੀ ਦੋਸਤ ਗਾਂ ਨੇ ਦੇਣਾ ਔਰ ਹਰ ਗੱਲ ਦੀਆਂ ਤਸੱਲੀਆਂ ਕਰਾਉਂਦੇ ਪਏ ਆ ਔਰ ਵੀਰਾਂ ਦੋਸਤਾਂ ਨੂੰ ਤਸੱਲੀ ਨਾਲ ਦਿਖਾਉਂਦੇ ਪਏ ਮਾਸ਼ਾਅੱਲਾ ਜੀ ਮਾਸ਼ਾਅੱਲਾ ਪੂਰੀ ਨਜ਼ਰ ਮੇਰੇ ਵੀਰ ਵਾਰ ਲੈਣ ਮਾਸ਼ਾਅੱਲਾ ਬੜੀ ਕਮਾਲ ਦੀ ਵੈੜ ਹੈ ਦੋਸਤੋ ਬੜੀ ਕਮਾਲ ਦੀ ਅੱਲਾਹ ਦੀ ਹਯਾਤੀ ਕਰੇ ਜ਼ਿੰਦਗੀ ਕਰੇ ਗਾਂ ਦੀ ਮਾਸ਼ਾਅੱਲਾ ਕਮਾਲ ਦੀ ਵੈੜ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਜਨਾਬ ਦੁੱਧ ਚੁੱਪ ਗਿਆ ਬੱਚੇ ਨੂੰ ਵੀ ਬਾਈ ਨੇ ਰਜਮਾ ਛੱਡਿਆ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਜਿਵੇਂ ਸਾਰੀਆਂ ਗੱਲਾਂ ਬਾਤਾਂ ਅਸੀਂ ਸੁਣਦੇ ਫਿਰਨੇ ਨਾ ਤਾਂ ਹੁੰਦੀਆਂ ਫਿਰਦੀਆਂ ਨੇ ਤੁਹਾਡਾ ਦੇਸ਼ ਪੰਜਾਬ ਟੀਵੀ 'ਚ ਨਹੀਂ ਹੋਣੀਆਂ ਤੁਹਾਡਾ ਦੇਸ਼ ਪੰਜਾਬ ਟੀਵੀ
ਦੁੱਧ ਉਹ ਦੱਸੇਗਾ ਜਿਹੜਾ ਘਰ ਜਾ ਕੇ ਵੀ ਮਿਆਰ ਤੋਂ ਪੂਰਾ ਉਤਰੇ ਅੱਲਾ ਦੇ ਪਲਾ ਇਨਸ਼ਾਲਾ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਇਹ ਘਰ ਜਾ ਕੇ ਵੀ ਵੀਰਾਂ ਦੇ ਗੱਲ ਇਹ ਨਿਕਲੇਗੀ ਇਹਦੇ ਫਰਕ ਨਹੀਂ ਨਿਕਲੇਗਾ ਇਨਸ਼ਾਲਾ ਇਹ ਜਨਾਬ ਮੇਰੇ ਵੀਰ ਦੇਖ ਲੈਣ ਬਾਲਟੀ ਖਾਲੀ ਹੈ ਬਿਲਕੁਲ ਖਾਲੀ ਕਰਕੇ ਵਿਖਾ ਦਿੱਤੀ ਹੈ ਆਹ ਭਾਜੀ ਫੜਿਆ ਜੀ ਗੱਡਵੀ ਫੜਿਆ ਜੀ ਮਾਸ਼ਾਅੱਲਾ ਦੁੱਧ ਵੇਖਣ ਜਿਵੇਂ ਜਨਾਬ ਮੇਰੇ ਘਾਟਾ ਸੰਘਣਾ ਜਿਵੇਂ ਜਨਾਬ ਮਾਝਦਾ ਹੁੰਦਾ ਮਾਸ਼ਾਅੱਲਾ ਚੂਚੇ ਨੂੰ ਭਜਾਈ ਪਾਈ ਇੱਥਾਂ ਮਾਸ਼ਾਅੱਲਾ ਅੱਲਾ ਦੇ ਕੁਨਾ ਨਾ ਦੋਸਤੋ ਗੱਲ ਉਹ ਹੋਣੀ ਚਾਹੀਦੀ ਕਿ ਜਿਹਦੇ 'ਚ ਫਰਕ ਨਾ ਆਵੇ ਦੇਖਦੇ ਪੈਣ ਕਿੰਨਾ ਉੱਚਾ ਰੱਖ ਕੇ ਫੈਂਟਾ ਲਾਈ ਜਾਂਦੇ ਮੇਰੇ ਵੀਰ ਭਰਾ ਦੋਸਤ ਐਂ ਨਾ ਕਰਕੇ ਯਾਰ ਜੁਵੇਦ ਬਾਈ ਤੁਸੀਂ ਤਾਂ ਫੈਂਟਾ ਹੀ ਲਾ ਦੇ ਬਾਲਟੀ ਦੇ ਨਾਲ ਲਾ ਕੇ ਲਿਆਓ ਜੀ ਗੜਵੀ ਮਾਸ਼ਾਅੱਲਾ ਜੀ ਇਹ ਜਨਾਬ ਦੋਸਤੋ ਇੱਕ ਇਹ ਜਨਾਬ ਮਾਸ਼ਾਅੱਲਾ ਵੀਰੇ ਦੋ ਇਹ ਮਾਸ਼ਾਅੱਲਾ ਵੀਰੇ ਤਿੰਨ ਇਹ ਮਾਸ਼ਾਅੱਲਾ ਵੀਰੇ ਚਾਰ ਇਹ ਮਾਸ਼ਾਅੱਲਾ ਵੀਰੇ ਪੰਜ ਇਹ ਮਾਸ਼ਾਅੱਲਾ ਵੀਰੇ ਛੇ ਇਹ ਮਾਸ਼ਾਅੱਲਾ ਵੀਰੇ ਸੱਤ ਇਹ ਮਾਸ਼ਾਅੱਲਾ ਵੀਰੇ ਅੱਠ ਇਹ ਵੀਰੇ ਮਾਸ਼ਾਅੱਲਾ ਜਾਨਵਰ ਦੀ ਹਰ ਗੱਲ ਮੂੰਹ ਕਰਕੇ ਥਣ ਨਾ ਚੋ ਵੀਰ ਇੰਜ ਨਾ ਆਖਣ ਕੇ ਇਹ ਥਣ ਨੂੰ ਛੱਡਿਆ ਦੁਬਾਰ ਪਿਛਲਾ ਚੋ ਕੇ ਗੜਵੀ ਪਾੜਦੇ ਇਹ ਤਸੱਲੀਆਂ ਹੁੰਦੀਆਂ ਨੇ ਭਾਈ ਅਗਲਾ ਚੋਣ ਲੱਗਿਆ ਮੈਂ ਅਗਲਾ ਨੀ ਚੋਣਾ ਪਿਛਲਾ ਚੋ ਪਿਛਲੇ ਚੋਂ ਗੜਵੀ ਕੱਢ ਕੇ ਵਿਖਾ ਅੱਲਾ ਦੇ ਕੁਨਾਲ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ ਹਮੇਸ਼ਾ ਵੀਰਾਂ ਵਾਸਤੇ ਇੱਕ ਬ੍ਰਾਂਡ ਹੀ ਲੈ ਕੇ ਹਾਜ਼ਰ ਹੋਏ ਹਾਂ ਐਵੇਂ ਗੱਲਾਂ ਬਾਤਾਂ ਨਹੀਂ ਸੁਣਾਈਆਂ ਔਰ ਗਰੰਟੀਆਂ ਜੇ ਇਸ ਗੱਲ ਦੀਆਂ ਤੁਹਾਡਾ ਦੇਸ਼ ਪੰਜਾਬ ਟੀਵੀ ਦਿੰਦਾ ਹੁੰਦਾ ਤਾਂ ਪੂਰਾ ਵੀ ਉਤਰਦਾ ਪੂਰਾ ਛਾਤੀ ਠੋਕ ਕੇ ਇੰਜ ਨਹੀਂ ਕਿ ਦੱਸਿਆ ਕੁਛ ਹੋਵੇ ਘਰ ਜਾ ਕੇ ਕੁਛ ਨਿਕਲੇ ਵੀਰ ਭਰਾ ਮੇਰੇ ਦੋਸਤ ਆਖਣ ਕਿ ਜੁਵੇਦ ਬਾਈ ਤੁਸੀਂ ਦੱਸਦੇ ਕੁਛ ਨਿਕਲਦਾ ਕੁਛ ਅਲਹਮਦੁਲਿਲਾ ਗੱਲ ਜਿਹੜੀ ਕਰਾਂਗੇ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਬਸ ਕਰ ਜਾ ਵੀਰੇ ਬਸ ਕਰ ਜਾ ਜਾ ਅੱਲਾ ਦੇ ਕੁਨਾ ਮੈਂ ਆਪਣੇ ਵੀਰਾਂ ਦੱਸਿਆ ਕਿ ਗੜਵੀ ਹੋਰ ਭਾਵੇਂ ਕੱਢ ਲਈਏ ਗਾਂ ਦੇ ਕੋਲ ਪਰ ਬੱਚੇ ਦਾ ਬੁਰਾ ਨਹੀਂ ਆਪਾਂ ਕਰਨਾ ਬੱਚੇ ਦਾ ਵੀ ਰੱਜ ਵੱਖੀਆਂ ਐਂਡ ਤੇ ਮੈਂ ਵਿਖਾਵਾਂਗਾ ਵੱਛੀ ਚੱਕੀਆਂ ਹੋਣਗੇ ਵੱਛੀ ਤੋਂ ਬਾਅਦ ਵੀ ਕੋਈ ਅੱਧਾ ਕਿਲੋ ਚੋਣਾ ਪੈ ਗਿਆ ਦੋਸਤੋ ਐਨੇ ਤਸੱਲੀਆਂ ਠੰਡੇ ਠਾਰ ਦੀਆਂ 16 ਲੀਟਰ ਦੀਆਂ ਗਰੰਟੀਆਂ ਮੈਨੂੰ ਇਹਨੇ ਕਿਹਾ 18 ਦੀ ਦੇ ਦੇ ਫਿਰ ਵੀ ਮੈਂ 2 ਕਿਲੋ ਘੱਟ ਦਿੰਦਾ ਪਿਆ ਮੈਂ ਅਰਸ਼ਦ ਭਾਈ ਅਸਲਾਮ ਵਾਲੇਕੁਮ ਭਾਈ ਅਰਸ਼ਦ ਭਾਈ ਅਰਸ਼ਦ ਮਾਸ਼ਾਅੱਲਾ ਗੱਲਾਂ ਬਾਤਾਂ ਤਾਂ ਆਪਾਂ ਬੜੀਆਂ ਵੀਰਾਂ ਦੋਸਤਾਂ ਨੂੰ ਸੁਣਾ ਲਈਆਂ ਨੇ ਵੀਰਾਂ ਨੇ ਸੁਣ ਵੀ ਲਈਆਂ ਨੇ ਪੂਰੀ ਗਾਂ ਭਾਈ ਦਾ ਅੰਗ ਅੰਗ ਵਿਖਾ ਦਿੱਤੇ ਜਿਹੜੀ ਸ਼ੈ ਮੈਂ ਨਹੀਂ ਵੇਖ ਸਕਿਆ ਮੇਰੇ ਭਰਾ ਮੇਰੇ ਨਾਲ ਜੁੜੇ ਨਹੀਂ ਵੇਖ ਸਕੇ ਇਹ ਚੀਜ਼ਾਂ 3-4 ਹੁੰਦੀਆਂ ਨੇ ਜਿਹਨਾਂ ਦਾ ਨਹੀਂ ਪਤਾ ਹੁੰਦਾ ਬਿਲਕੁਲ ਉਹਨੂੰ ਪਤਾ ਹੁੰਦਾ ਕਿ ਜੋ ਮੌਜੂਦਾ ਜਿਹਦੇ ਕੋਲ ਜਾਨਵਰ ਮਾਲਕ ਦੇ ਕੋਲ ਖੜਾ ਨਹੀਂ ਬਿਲਕੁਲ ਆਪਣੀ ਗਾਂ ਨੇ ਪਿੱਛਾ ਤਾਂ ਨਹੀਂ ਕੱਢਦੇ ਇਹਦੇ ਪਿੱਛਾ ਕੱਢੇ ਚੁੰਗੇ ਇਹ ਸੀਲ ਸਾਉਣਾ ਅੱਛਾ ਪਿੱਛਾ ਕੱਢੇ ਤਾਂ ਵੀ ਆਪਣੀ ਚੁੰਗ ਦੀ ਹੋਵੇ ਆਦਤ ਦੁੱਧ ਆਪ ਤਾਂ ਵੀ ਆਪਣੀ ਸੀਲ ਸਾਉ ਵੀ ਨਾ ਆਵੇ ਔਰ ਸੀਲ ਸਾਉ ਵੀ ਨਾ ਆਵੇ ਤੀਸਰੀ ਗੱਲ ਆਪਣੀ ਪਾਈ ਹੋਵੇ ਜੇਰ ਦਾ ਮਕਸਦ ਹੈ ਚੌਥੀ ਗੱਲ ਜੇਰ ਦੀ ਜੇਰ ਭਾਈ ਜਵੇਦ ਨਾ ਪਾਈ ਹੋਵੇ ਤਾਂ ਗਾਂ ਦੁੱਧ ਨਹੀਂ ਕੱਢਦੀ ਕਿਲੋ ਵੀ ਕਰਦੇ ਜਾਨਵਰ ਦੋਸਤ ਧਿਆਨ ਦੇ ਹਾਂ ਉਹਦੇ ਜੋ ਗਾਂ ਦੀ ਰਹਿੰਦੀ ਬਹੁਤ ਜਾਨਵਰ ਨੂੰ ਸਾਰੇ ਆਪਣੀ ਬਤਾ ਆਪਣੀ ਗਰੰਟੀਆਂ ਨੇ ਅੱਲਾ ਦੇ ਫਜ਼ਲ ਤੇ ਕਰਮ ਨਾਲ ਠੀਕ ਹੋ ਗਿਆ ਭਰਾ ਦਾ ਭਰਾ ਮੇਰਾ ਮੁੱਲ ਆਪਾਂ ਇੰਜ ਤਾਂ ਕਰਨਾ ਅੱਜ ਤੇ ਮੇਰੇ ਭਰਾ ਵੀ ਨੇ ਵੀਡੀਓ ਅੱਜ ਦੂਸਰੇ ਦਿਨ ਬਾਅਦ ਮੇਰੀ ਲੱਗ ਰਹੀ ਅੱਜ ਮੁੱਲ ਇੰਜ ਦਾ ਕਰਦੇ ਕਿ ਮੇਰੇ ਨਾਲ ਅਗਲੇ ਪਿਛਲੇ ਨਾਲ ਜਿਹੜੀ ਵੀਡੀਓ ਇੰਨੀ ਚੱਲੇ ਜਿਹੜੇ ਪਿਛਲੇ ਜਿਹੜੇ ਯਾਨੀ ਕਿ 2-3 ਦਿਨ ਦੇ ਵਿਊਜ਼ ਨੇ ਉਹ ਪੂਰੇ ਹੋ ਜਾਣ ਇੰਜ ਦਾ ਮੁੱਲ ਕਰਦਾ
ਜਿਹੜੇ ਲੈਣੇ ਮੁੱਲ ਉਹ ਕਰੀ ਐਵੇਂ ਵਾਧਨ ਮੰਗਣ ਦਾ 260 ਦੀ ਆਪਾਂ ਵੈਟ ਦੇ ਦਿਆਂਗੇ ਆਪਾਂ 2 ਲੱਖ ਨਾ ਪਾਣੀਆਂ ਨੇ 260 ਦੀ ਆਪਾਂ ਵੈਟ ਦੇ ਦਿਆਂ 2,60,000 ਮੇਰੇ ਭਰਾ ਨੇ ਬਿਲਕੁਲ ਮੈਂ ਜੇ ਵੀਰ ਅਜੇ ਵੀ ਨੇ ਗਿਆ ਆਖਣਾ ਆਪਾਂ ਫ੍ਰੀ ਲਦਾ ਦਿਆਂ ਤੇ ਜਾਂ ਸਾਰੇ ਚੈਨਲ ਚੈੱਕ ਕਰ ਲਵਾਂਗੇ ਆ ਜੀ ਸ਼ਹਿਜ਼ਾਦਾ ਭਰਾ 260 ਦੇ ਵਿੱਚੋਂ ਪਿਆਰ ਮੁਹੱਬਤ ਹੋਵੇਗਾ ਨਾ ਮੇਰੇ ਭਰਾਵਾਂ ਨਾਲ ਹੋਵੇਗਾ ਜੀ ਥੋੜਾ ਬਹੁਤ ਅੱਛਾ ਥੋੜਾ ਬਹੁਤ ਅੱਗੇ ਛੰਡ ਕੇ ਮੁੱਲ ਕਰਵਾਏ ਛੰਡ ਕੇ ਮੁੱਲ ਮੇਰੀ ਕੋਸ਼ਿਸ਼ ਇਹੀ ਅਰਸ਼ਦ ਭਾਈ ਆਪਣਾ ਜਾਨਵਰ ਵਿਕੇ ਜਾਨਵਰ ਕਦੋਂ ਵਿਕਣਾ ਕਿ ਜਦੋਂ ਆਪਣਾ ਕੰਪੀਟੀਸ਼ਨ ਹੈ 7,000 ਚੈਨਲ ਦਾ ਕਿੰਨੇ ਦਾ ਬਿਲਕੁਲ ਜੀ 70,000 ਚੈਨਲ ਆਪਣਾ ਕੰਪੀਟੀਸ਼ਨ ਹੈ ਕੰਪੀਟੀਸ਼ਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਅਗਲੇ ਨਾਲ ਰੇਟ ਜੈਸ ਕਰੋ ਜਾਨਵਰ ਸੁਥਰਾ ਲਾਓ ਔਰ ਹਰ ਪਾਸੋਂ ਠੀਕ ਲਾਓਗੇ ਤੁਹਾਡੀ ਦੁਕਾਨਦਾਰੀ ਕਦੇ ਵੀ ਖਤਮ ਨਹੀਂ ਹੋਏਗੀ ਦੁਕਾਨਦਾਰੀ ਉਦੋਂ ਸਾਰ ਦੀ ਖਤਮ ਹੁੰਦੀ ਹੈ ਕਿ ਜਦੋਂ ਬੰਦਾ ਜਨਾਬੇ ਲਈ ਸ਼ਹਿ ਦਾ ਮੁੱਲ ਵੱਧ ਮੰਗਣ ਲੱਗ ਪਵੇ ਔਰ ਸ਼ਹਿ ਜਿਹੜੀ ਗਲਤ ਵੀਰਾਂ ਦੇ ਘਰ ਭੇਜਣ ਲੱਗ ਪਵੇ ਉਦੋਂ ਬੰਦਾ ਕਿਸੇ ਨੇ ਇੱਕ ਵਾਰੀ ਤੁਸੀਂ ਠੱਗ ਲਓਗੇ ਕਿਸੇ ਨੂੰ ਦੁਬਾਰਾ ਤੇ ਤੁਹਾਨੂੰ 20 ਬੰਦਿਆਂ ਨਾਲ 100 ਬੰਦੇ ਨਾਲ ਬਲਕਿ 1,000 ਨਾਲ ਗਾਲੇਗਾ ਜੇ ਇੱਕ ਨੂੰ ਜਾਨਵਰ ਚੰਗਾ ਜਾਂਦਾ ਰਿਹਾ ਤਾਂ ਅੱਲਾ ਦੇ ਗੁਣਾ 1,000 ਬੰਦਾ ਚੰਗਾ ਜਾਂਦਾ ਆਪਣੇ ਇੱਕ ਲੈਂਦਾ ਤੇ ਚਾਰ ਵੀ ਲਿਜਾਂਦਾ ਔਰ ਜਾਨਵਰ ਮੇਰੇ ਵੀਰਾਂ ਦੇਖ ਲੈ ਬੱਚੀ ਦਾ ਦੁੱਧ ਮੈਂ ਖੁਦਾ ਜਾਣਦਾ ਇੱਕ ਗੜਵੀ ਹੋਰ ਵੀ ਕਢਵਾ ਸਕਦਾ ਚਲ ਬੱਚਾ ਰਜਾ ਦੱਸ ਦੇ ਵੀਰਾਂ ਨੂੰ ਖਾ ਦੇ ਵੱਖੀਆਂ ਚੱਕੀਆਂ ਹੀ ਬੱਚੀ ਦੀਆਂ ਤਸਲੀਆਂ ਕਰਾ ਦੇ ਕਦੇ ਇੰਨੀ ਵੀਡੀਓ ਲੰਮੀ ਜਾਂ ਇੰਨੀਆਂ ਤਸਲੀਆਂ ਨਾ ਕਿਸੇ ਕਿਸੇ ਚੈਨਲ ਵਾਲੇ ਨੇ ਬਣਾਈ ਨਹੀਂ ਹੋਣੀ ਐ ਦੇ ਦੇ ਭੈਣ ਮਾਸ਼ਾਅੱਲਾ ਬੱਚੀ ਇਹੀ ਬੁੱਲੀ ਫਿਰਦੀ ਜਿਵੇਂ ਫੁੱਟਬਾਲ ਬਣੀ ਫਿਰਦੀ ਦੋਸਤੋ ਇਹਨਾਂ ਨੂੰ ਕਹਿੰਦੇ ਨੇ ਕਿ ਬੱਚੇ ਦਾ ਰੱਜ ਛੱਡ ਕੇ ਚੁਆ ਕਰਾ ਕੇ ਤਸਲੀਆਂ ਕਰਾਈਆਂ ਨੇ ਜਿਹੜਾ ਮੇਰਾ ਵੀਰ ਭਰਾ ਦੋਸਤ ਇਸ ਗਾਂ ਦਾ ਲੈਣ ਦਾ ਖੁਆਇਸ਼ਮੰਦ ਹੈ ਅੱਲਾ ਦੇ ਉੱਪਰ ਅੱਖਾਂ ਮੀਟ ਕੇ ਲੈ ਸਕਦਾ ਹੈ ਇਹਨਾਂ ਦੀਆਂ ਤਸਲੀਆਂ ਫਿਰ ਤੁਹਾਨੂੰ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਲੱਭ ਸਕਦੀਆਂ ਨੇ ਨੰਬਰ ਰਾਬਤਾ ਨੰਬਰ 0310 ਪੂਰਾ ਜੀ 5104051 ਇਸੇ ਤੇ ਆਪਣਾ ਦੋਸਤੋ ਵਟਸਐਪ ਨੰਬਰ ਹੈ ਔਰ ਇਸੇ ਤੇ ਰਾਬਤਾ ਨੰਬਰ ਹੈ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਏ ਨੂੰ ਦੇ ਨਿਜਾਜ਼ ਤਾਲਾ ਨਿਗਵਾਨ ਪਾਕਿਸਤਾਨ ਜ਼ਿੰਦਾਬਾਦ।